दंगा पीड़ित कॉलोनी में बेटी नू कम कहण ते पति ने मारिया सिर विच बैट कीती पत्नी जख्मी 108 ने पहुँचाई सिविल अस्पताल। महिला ने जानकारी देंदे हुए दस्या कि उसने अपनी बेटी नू घर दा कम करन दे लई आख्या तां उसदे पति ने गुस्से दे विच आके बैट चक के उसके सिर दे विच मारिया जिस दे नाल ओह गंभीर जख्म हो गई। आंढ गुआंढ दे लोकां वल्लों 108 एंबूलेंस नू फोन कीता ते 108 एंबूलेंस वल्लों मौके दे पहुँच के इस जख्मी औरत नू बठिंडा दे सिविल अस्पताल विखे दाखिल करवाया। तुसीं देख रहे हो तस्वीरां बठिंडा दे सिविल अस्पताल दीआं जिथे एक पति वल्लों अपनी पति नू बेरहमी नाल कुटमार करन तों बाद बठिंडा दे सिविल अस्पताल विखे 108 वल्लों एंबूलेंस वल्लों इत्थे दाखिल करवाया गया है। ਕਿੱਥੇ ਰਹਿੰਦੇ ਹੋ? ਬਠਿੰਡੇ। ਕੀ ਹੋਇਆ ਕੀ ਹੈ? ਮੇਰੇ ਸਿਰ ਤੇ ਉਹ ਜਵਾਕਾਂ ਦੇ ਬੈਟ ਬਾਲ ਖੇਲਣ ਦਾ ਉਹ ਜੋ ਬੈਟ ਜਿਹਾ ਹੁੰਦਾ ਉਹ ਜਿਹਾ ਮੈਨੂੰ ਜੋ ਮਾਰਿਆ। ਕਿਹਨੇ ਮਾਰਿਆ? ਮੇਰੇ ਹਸਬੈਂਡ ਨੇ। ਕਿਉਂ, ਕੀ ਕਾਰਨ ਕੀ ਸੀਗਾ? ਕੁਛ ਨਹੀਂ, ਮੈਂ ਖੜੀ ਹੋ ਤੁਹਾਡੀ ਟੈਂਪੂ ਤੇ ਬੈਠੀ ਸੀ, ਟੈਂਪੂ ਤੇ ਖੜਾ ਹੋਇਆ, ਪਹਿਲਾਂ ਉੱਥੇ ਕੁੱਟਿਆ, ਫਿਰ ਮੇਰੇ ਜੁੰਡੇ ਪੱਟ ਕੇ ਸਿਰ 'ਚ ਮਾਰੇ ਦੀ ਧਰਤੀ ਮਾਤਾ ਤੇ ਮੇਰੇ ਜੁੰਡੇ ਪੱਟ। रोटी बनाती घर का काम करता, मैं थोड़ी चल कुड़ी नू कह दे चाह बना दे। आए मेरी कुड़ी क्यों करे, मेरी कुड़ी जिवें मैं मेरी ओ तेरी कुड़ी लगती, मेरी कोई नहीं लगती। मैं अपने जवाकों नू जवान हो गया, फिर उन्होंने कुछ नहीं कह सकती। है जिवें जवाक भी चप्पल चक लेंदे ने, जिवें मर्जी उल्टा सीधा बोलते रहेंदे ने, सारे दे मेरे करदे रहेंदे ते ਗੁਰਮੀਤ ਹੈਗੀ ਆ, ਮੈਂ ਦੰਗਾ ਪੀੜਤ ਕਲੋਨੀ 'ਚ। ਕੀ ਹੋਇਆ ਕੀ ਹੈ? ਮੇਰੀ ਭੈਣ ਹੈਗੀ ਹੈ, ਇਹਨੂੰ 5-4 ਸਾਲ ਹੋ ਗਏ ਵਿਆਹ ਨੂੰ, ਬਹੁਤ ਪਰੇਸ਼ਾਨ ਕਰਦੇ ਨੇ ਇਹਨੂੰ। ਕੌਣ ਕਰਦੇ ਨੇ? ਮੈਨੇ ਘਰਾਂ ਲਾਏ ਦੀ ਸੱਸੇ ਦੇ, ਬਹੁਤ ਇਹਨੂੰ ਮਾਰ ਕੁੱਟ ਕਰਦੇ ਨੇ, ਘਰੋਂ ਬਾਹਰ ਕੱਢ ਦਿੰਦੇ ਨੇ, ਰਾਤਾਂ ਨੂੰ ਕਦੇ ਕਿੱਥੇ ਸੌਂਦੀ ਹੈ, ਕਦੋਂ ਕਿੱਥੇ ਸੌਂਦੀ ਹੈ, ਬਹੁਤ ਪਰੇਸ਼ਾਨ ਹੈ। ਅੱਜ ਕੀ ਹੋਇਆ? ਅੱਜ ਇਹਨੂੰ ਫਿਰ ਇਹਨੂੰ ਮੈਂ ਤਾਂ ਕੰਮ 'ਤੇ ਚਲੀ ਗਈ ਸੀ ਸਰ, ਮੈਂ ਤਾਂ ਕੰਮ ਕਰਦੀ ਕੋਠੀਆਂ 'ਚੋਂ, ਇਹਨੂੰ ਇਹਦੇ ਘਰਵਾਲੇ ਨੇ ਕੁੱਟਿਆ ਹੈਗਾ, ਡੰਡਾ ਮਾਰਿਆ ਹੈਗਾ, ਪਰ ਕੀ ਮਾਰਿਆ ਹੈਗਾ ਮੈਨੂੰ ਨਹੀਂ ਪਤਾ ਹੈਗਾ। ਸਾਡੇ ਕੋਲ ਮੈਂ ਹੀ ਲੈ ਕੇ ਆਈ, ਗਰਮੀ ਤਾਂ ਲੈ ਕੇ ਆਈ ਹੈਗੀ ਸਰ। ਇਹਨੂੰ ਇਨਸਾਫ਼ ਮਿਲਣਾ ਚਾਹੀਦਾ, ਬਹੁਤ ਪਰੇਸ਼ਾਨ ਹੈ ਕਿ ਸਾਡਾ ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਇਹਨੂੰ ਨਿਆਂ ਮਿਲਣਾ ਚਾਹੀਦਾ ਜੀ। ਕੀ ਕੰਮ ਕਰਦਾ ਇਹਦੇ ਘਰਵਾਲਾ? ਇਹਦਾ ਘਰਵਾਲਾ ਆਟੋ ਚਲਾਉਂਦਾ ਹੈਗਾ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।